संदीपनी गुरुकुल एकदम वैसा ही स्कूल जैसा हमें चाहिए था। माधोपुर कुलिया में भी सरकारी अनाज ना मिलने से लोग परेशान हैं और डिपो होल्डर के खिलाफ प्रदर्शन करने पर उतारू हैं। लोगों ने कहा कि डिपो होल्डर की ओर से अनाज आवंटन में अनियमितताएं बरती जा रही हैं, उन्हें अनाज पूरा नहीं दिया जा रहा। इसके अलावा उन्होंने शराब पीकर अनाज आवंटित करने के आरोप भी लगाए हैं। वहीं डिपो होल्डर ने सारे आरोपों को सिरे से खारिज किया है। रामलाल सर, कितने रहने वाले थे? माधोपुर के। किस समस्या आ रही है सर? सानू समस्या यही है जी कि जो भी पर्ची कटाउंदी है तद भी पहले इधर ही कटाउंदी है, साडे लोगों का बिल्कुल ना नहीं आंदा। जिसले सानू कोई भी काम ओह जिहा कणक लैनी है तद भी ओह जिहा रफड़ इत्थे रे ही रफड़ जदों दा मतलब ये डिपू है। जे तेल लवो तद भी धांधल पैंदी ही, हूँ भी तो हूँ भी इतने डाला मगरों खुलता कणक दस बोरिया उधर सुटिया, दस उधर सुटिया, अठ उधर सुटिया, ये काम है। हाँ सिफारिश ज्यादा इतने, सिफारिश बहुत ज्यादा है। ਕਿੰਨੀ ਕਣਕ ਮਿਲਦੀ ਹੈ ਤੁਹਾਨੂੰ? ਹਾਂਜੀ ਮੈਨੂੰ 5 ਬੋਰੀਆਂ ਮਿਲਦੀਆਂ ਜੀ। ਹੁਣ ਕਿੰਨੀਆਂ ਮਿਲੀਆਂ ਤੁਹਾਨੂੰ? ਹੁਣ 2 ਬੋਰੀਆਂ ਮਿਲੀਆਂ। ਬਿਨਾ ਪਰਚੀ ਤੋਂ, ਬਿਨਾ ਇਹ ਪਰਚੀ ਬਿਨਾ ਪਰਚੀ ਤੋਂ ਸਾਡੀ, ਬਿਨਾ ਪਰਚੀ ਤੋਂ। ਹਾਂ ਝੂਠ ਨਹੀਂ ਬੋਲਣਾ, ਜਿਹੜੀ ਗੱਲ ਸਹੀ ਕਰਨੀ ਹੈ ਝੂਠ ਨਹੀਂ ਬੋਲਣਾ, ਸਾਰਾ ਕੰਮ ਇੱਥੇ ਸਿਫਾਰਿਸ਼ ਹੀ ਹੁੰਦਾ। ਫਿਰ ਬਿਨਾ ਪਰਚੀ ਤੋਂ ਕਿੱਦਾਂ ਤੁਹਾਨੂੰ ਬੋਰੀਆਂ ਮਿਲ ਗਈਆਂ? ਉਹ ਇਹਨਾਂ ਨੇ ਸਰਪੰਚਾਂ ਨੇ ਠੀਕ ਠਾਕ ਸਰਪੰਚਾਂ ਨੇ ਕਿਹਾ ਵੀ ਅਸੀਂ ਡਿਵਾਈਡ ਕਰਨੇ ਆ। ਹਾਂ ਡਿਵਾਈਡ, ਮੈਂ ਆਖਿਆ ਵੀ ਠੀਕ ਹੈ ਇੱਕ ਇੱਕ ਬੋਰੀ ਘੱਟ ਕਰ ਲਓ, ਜਿਹੜਾ ਕਾਨੂੰਨ ਹੈ ਸਿੱਧਾ ਤੁਸੀਂ ਟੋਕਾ ਫੇਰਦਾ। ਤਿੰਨ ਤਿੰਨ ਬੋਰੀਆਂ ਜੀ ਸਾਡੀਆਂ ਸੱਤ ਹੀ, ਸਾਨੂੰ ਇੱਕ ਵੀ ਨਹੀਂ। ਜਿਹਨੇ ਇਹ ਸੱਤ ਨੂੰ ਮੰਗ ਕਰਨਾ ਚਾਹੁੰਦੇ? ਹਾਂਜੀ ਹੁਣ ਇਹ ਦੋ ਮੰਗ ਕਰਨਾ ਚਾਹੁੰਦੇ? ਹਲੋ ਕਾਰਡ ਕਟਵਾਉਣਾ, ਸਾਡੇ ਕਾਰਡ ਪਹਿਲਾ ਨੰਬਰ ਤੇ ਇਥੋਂ ਕੱਟ ਹੋਣੇ ਚਾਹੀਦੇ। ਹਾਂ ਕੱਟ ਕਰਾਉਣਾ, ਕਿਉਂਕਿ ਇਸ ਧੰਦਲ ਕੋਲੋਂ ਅਸੀਂ ਇਸ ਸਮੱਸਿਆ ਕੋਲੋਂ ਸਾਈਡ ਲੈਣਾ ਚਾਹੁੰਦੇ ਹਾਂ। ਜਿਹੜੇ ਗਰੀਬ ਲੋਕ ਨੇ ਖਾਣੇ ਹੀ ਨੀ ਦਿੰਦੇ, ਜਿਹੜੇ ਅਮੀਰ ਨੂੰ ਪਹਿਲਾਂ ਲੁੱਟੀ ਲਈ ਜਾਂਦੇ ਨੇ, ਬਸ ਕੋਈ ਸੁਣਦਾ ਹੀ ਕੋਈ, ਬਸ ਸੁਣਦਾ ਨੀ ਕੋਈ, ਗਰੀਬੇ ਦੀ ਕੋਈ ਸੁਣਦਾ ਨੀ। ਕਿੱਥੇ ਆਏ ਤੁਸੀਂ? ਹਾਂਜੀ ਹੁਣ ਕਿੱਥੇ ਆਏ ਤੁਸੀਂ? ਅਸੀਂ ਡੀਪੂ ਜੀ। ਠੀਕ ਹੈ, ਇੱਥੇ ਮਿਲੀ ਕਣਕ ਤੁਹਾਨੂੰ? ਨਹੀਂ ਸਾਨੂੰ ਨਹੀਂ ਮਿਲੀ। ਨੰਬਰ ਹੀ ਪਾਏ ਦੇ, ਖਰੇ ਕਿੰਨੇ ਨੰਬਰ ਰਹੀ ਹੈ ਨਾ ਡੀਪੂ ਦੇ, ਡੀਪੂ ਦੇ ਜਿਹੜੇ ਲੋਕ ਰਹੀ ਹੈ ਨਾ, ਬਾਕੀ ਕੁਛ ਜਿਹੜੇ ਰਹੇ ਨਾ ਉਹ ਵੀ ਰਹੀ ਹੈ ਨਾ, ਜਿਹੜੇ ਕਿਹਦੇ ਨਾਲ ਕੱਟੀਆਂ ਗਈਆਂ ਉਹਨੇ ਜੀ ਮਿਲੀ ਗਈ ਕਣਕ ਪੂਰੀ ਪੂਰੀ ਮਿਲੀ ਹੈ, ਤੇ ਜਿੰਦੀਆਂ ਨਹੀਂ ਕੱਟੀਆਂ ਉਹਨੇ ਜੀ ਇੱਕ ਇੱਕ ਮੂੰਹ ਕਾਲਾ ਕਰਨ ਵਾਸਤੇ ਦੇ ਦਿੱਤੀ ਜਾਣਾ ਬੋਰੀਆਂ ਬਸ। ਹਾਂ ਰੋਮੀ ਕੁਮਾਰ ਹੈ ਜੀ, ਰੋਮੀ ਹੈ ਜੀ, ਮਾਧੋਪੁਰ ਕੁਲੀਆਂ ਦੇ ਜੀ। ਸਾਨੂੰ ਸਮੱਸਿਆ ਇਹੀ ਹੈ ਕਿ ਇਹ ਨਾ ਸਾਨੂੰ ਟਾਈਮ ਦੇ ਨਾ ਬੋਰੀਆਂ ਮਿਲਦੀਆਂ ਪੂਰੀਆਂ, ਕਣਕ ਦੇ ਦਿੰਦੀ ਨੀ ਨਾ, ਤੇ ਸਾਡਾ ਡੀਪੂ ਵਾਲਾ ਦਿਨੇ ਹੀ ਸ਼ਰਾਬ ਪੀ ਲੈਂਦਾ ਸੀ, ਇਹ ਨੀ ਪਤਾ ਵੀ ਇਹ ਕਣਕ ਹੈ ਨਾ, ਇਹ ਸਿਰਫ ਕਣਕ ਬਣਦੇ ਮੈਂਬਰ ਸਰਪੰਚ ਜੀ ਸਾਡੀ ਪੰਚਾਇਤ ਦੇ, ਹੋਰ ਕੋਈ ਨੀ ਬਣਦਾ ਜੀ। ਸਾਨੂੰ ਇਹ ਕਾਫੀ ਦੇਰ ਦੀ ਸਮੱਸਿਆ ਆ ਰਹੀ ਹੈ ਜੀ, ਜੇ ਬੋਲੋ ਤੇ ਕਹਿੰਦੇ ਨਹੀਂ ਨਹੀਂ ਜੀ ਇਹ ਕਰਤਾ, ਬਿਨਾਂ ਪਰਚੀ ਤੋਂ ਕੋਈ ਕਣਕ ਕੱਟ ਸਕਦਾ ਜੀ? ਤੁਸੀਂ ਇਹ ਜਵਾਬ ਦਿਓ ਸਾਨੂੰ, ਬਿਨਾਂ ਪਰਚੀ ਤੋਂ ਕੋਈ ਕਣਕ ਦੇ ਸਕਦਾ? ਜੇ 35% ਕਣਕ ਆਈ, 65% ਕਣਕ ਆਈ ਹੈ, ਸਾਨੂੰ ਉਹਦਾ ਹਿਸਾਬ ਦਿੱਤਾ ਜਾਵੇ, ਉਹ 65% ਕਿੱਥੇ ਗਈ ਆ? ਉਹ ਇਹ ਸਾਡਾ ਉਹ ਹੈ ਜੀ, ਹੋਰ ਕੁਛ ਨਹੀਂ ਹੈ, ਇਹੀ ਮੰਗ ਹੈ ਸਾਡੀ ਸਰਕਾਰ ਤੋਂ। ਇਹ ਡੀਪੂ ਵਾਲਾ ਜੀ ਹਲੇ ਵੀ ਦਾਰੂ ਪੀਤੀ ਹੁਣ, ਚਾਹੇ ਉਹਦਾ ਮੈਡੀਕਲ ਕਰਵਾਇਆ ਜਾਏ ਜੀ, ਬਸ ਸਾਡੀ ਇਹੀ ਅਪੀਲ ਹੈ, ਕਿਉਂਕਿ ਹਲੇ ਡੀਪੂ ਖੁੱਲਾ ਆਪ ਉਹ ਇੱਥੇ ਹੈ ਨੀ, ਜਦ ਵੀ ਕਣਕ ਵੰਡੀ ਹੈ ਇੱਥੇ ਬਸ ਮੈਂਬਰ ਸਰਪੰਚ ਹੀ ਕਣਕ ਵੰਡਦੇ ਆ, ਆਪ ਤੇ ਉਹਨੇ ਕਦੀ ਵੰਡੀ ਨੀ। ਰਾਤ ਰਾਤ ਨੂੰ ਕਿਹੜਾ ਬੰਦਾ ਕਣਕ ਦੇਦਾ ਮੈਨੂੰ ਦੱਸੋ, ਆਪ ਘਰ ਸੁੱਤਾ ਸਵੇਰੇ ਕਣਕ ਵੰਡੋਈ ਜਾ ਰਹੀ ਇੱਥੇ, ਇਹ ਤਾਂ ਸਰ ਸਰਾਸਰ ਗਲਤ ਹੈ ਨਾ, ਇਹ ਤਾਂ ਕਾਨੂੰਨ ਦੇ ਖਿਲਾਫ ਹੈ, ਇਹ ਤਾਂ ਫਿਰ ਮੈਂਬਰ ਸਰਪੰਚ ਦਾ ਡਿਪੂ ਹੈ, ਤਾਂ ਕੋਈ ਡਿਪੂ ਵਾਲੇ ਦਾ ਡਿਪੂ ਹੀ ਨਹੀਂ ਹੈ। ਕਿੰਨੀ ਕਣਕ ਮਿਲੀ ਹੈ? ਸਾਨੂੰ ਤਾਂ ਮਿਲੀ ਨਹੀਂ, ਸਾਨੂੰ ਤਾਂ ਮਿਲੀ ਨਹੀਂ। ਕਿੰਨੇ ਬੰਦੇ ਨੂੰ? ਸਾਨੂੰ 7 ਬੋਰੀਆਂ ਮਿਲਦੀਆਂ ਜੀ ਟੋਟਲ। ਇਹ ਕਿੰਨੇ ਬੰਦੇ ਨੂੰ ਕਣਕ ਨਹੀਂ ਮਿਲੀ ਜੀ? ਇੱਥੇ ਕਮ ਸੇ ਕਮ ਹੋਣਾ ਕੋਈ 105 ਬੰਦੇ ਜਿਨ੍ਹਾਂ ਨੂੰ ਨਹੀਂ ਮਿਲੀ ਹੈ ਜੀ। ਕੀ ਮੰਗ ਕਰਨਾ ਚਾਹੁੰਦੇ ਹੋ? ਆਹੀ ਇਹੀ ਮੰਗ ਕਰਨਾ ਚਾਹੁੰਦੇ ਜੀ, ਕਹਿੰਦੇ ਡਿਪੂ ਵਾਲਾ ਚੇਂਜ ਕੀਤਾ ਜਾਏ ਇੱਥੋਂ, ਕਿਉਂਕਿ ਹਰ ਵਾਰੀ ਮੈਂਬਰ ਸਰਪੰਚ ਹੀ ਕਣਕ ਵੰਡਦੇ ਇੱਥੇ ਜੀ, ਹੋਰ ਕੋਈ ਨਹੀਂ ਹੈ। ਜੇ ਕੋਈ ਬੋਲੋ ਤੇ ਕਹਿੰਦੇ ਨਾ ਨਾ ਜੀ ਜੋ ਮਰਜ਼ੀ ਕਰ ਲਓ ਸਰਕਾਰਾਂ ਤੱਕ ਜਾਓ ਉੱਥੇ ਜਾਓ, ਤੇ ਫਿਰ ਜੇ ਸਰਕਾਰਾਂ ਦਾ ਕੁਛ ਨਹੀਂ ਹੈ ਤੇ ਫਿਰ ਲੈਣਾ ਕੀ ਹੈ ਸਰਕਾਰਾਂ ਕੋਲ? ਅਸੀਂ ਕੈਂਸਲ ਕੀਤੇ ਜਾਣਾ ਇਹ ਕਾਰਡ,
जे मेंबर सरपंच ही बंडनी फिर रद्द किए जाने कार्ड है। हाँ पहले तो मैं थोनू नमस्कार कहना, उस तो बाद मैं यही कहना कि पंजाब सरकार दे वल्लों 35% का कट लगा होया, 65% लोगों को राशन मिलना है, ठीक है, उसके अकॉर्डिंग ही मैं डिस्ट्रीब्यूट करना है लोगों को, ठीक है, तो उसके अकॉर्डिंग ही मैं किया है। जिनी जिनी लोगों की बनती है उन्होंने मैं कणक दी है, ईवन मैं जेडे मतलब कि जिन्होंने नहीं मिलती ही उन्होंने भी मैं सपोर्ट किया है कि मतलब सारे नू मिले, मैं इदा नहीं छड़िया किसी भी कि कोई रह जाए। मेरा नाम गौरव मनहास है। हाँ जी मैं सारे पिंड वाले नू दिती है। हाँ जी माधोपुर कुलियां मेरा डिपू होल्डर है मैं उत्थे दा, मैं सारे नू दिती है, कोई बंदा इदा का नहीं होएगा जेड़ा मैनू कह देगा कि हाँ कि बई इन्होंने मैनू कनक नहीं दिती। मतलब कि थोड़ा जा मतलब एंटी चलते ने, ठीक है, वो कोई ना कोई बहाना लभदे है, ठीक है, जो उन्होंने मैं गल नहीं मानता जो मैनू नजायज लगती है तो फिर वो इदा की गल कर सकते, प्रूफ कर दो ना उ बैठ के कितने मेरा मेडिकल करा दो, उ करना फिर उ, ठीक है जी। हाँ इन्नी गल मैं कह सकना, ठीक है, मैं सारे नू खुश नहीं कर सकता, कुछ लोग सरकार दे एंटी होंदे लोकी, मैं दे फिर एक डिपू होल्डर है, ठीक है जी, सरकार नू भी पसंद नहीं करते, सरकार दी कई पॉलिसियां जड़ियां लोकी पसंद नहीं करते, पर सरकार कर दी है ना काम, ठीक है, जिदा सरकार ने सानू हुक्म दिता असी उदा ही किया सिर मत्थे ते, और लोगों नू पुछ के देखियो तुसी उत्थे, ठीक है, जेडे जैनुअन लोग ने उत्थे दी मौतबार लोग ने जेडे आम लोग ने उन्होंने पुछ के देखियो कि मैं उन्होंने हर तरह की सेवा दिना, बाकी जिन्होंने शिकायत की है कोई गल नहीं, मैं उन्होंने गुस्सा नहीं करता, ठीक है, मैं सारे नू खुश नहीं कर सकता, मैं बार बार यही कहना, कोई गल नहीं।